ਕੀ ਨਾਮ ਹੈ ਕਿਸ ਤਰ੍ਹਾਂ ਉਪਰਾਲਾ ਕਰ ਰਹੇ ਹੋ ਜੀ ਹਾਂਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਪਿੰਡ ਸਾਡਾ ਮੋਠਾ ਵਾਲਾ ਆ ਤੇ ਆ ਮੇਰੇ ਬਾਕੀ ਮੇਰੇ ਭਾਈ ਆ ਸਾਰੇ ਨਾਲ ਹਾਂਜੀ ਤੇ ਉਪਰਾਲੇ ਦੀ ਗੱਲ ਇਦਾਂ ਜੀ 13 ਤਰੀਕ ਨੂੰ ਜਦੋਂ ਫਲੱਡ ਆਇਆ ਤਾਂ ਮੈਂ ਸਾਹਿਬਾਨੀ ਬਠਿੰਡੇ ਨੂੰ ਜਾ ਰਿਹਾ ਸੀ ਤੇ ਜਦ ਦੇਖਿਆ ਵੀ ਉੱਥੇ ਮਤਲਬ ਬਹੁਤ ਜ਼ਿਆਦਾ ਪਾਣੀ ਆ ਤਾਂ ਬਹੁਤ ਜ਼ਿਆਦਾ ਬਰਬਾਦੀ ਹੋ ਰਹੀ ਤਾਂ ਦੇਸੀ ਰਿਹਾ ਸੀ ਕਿ ਵੀ ਇੱਥੇ ਝੋਨੇ ਨੇਗੇ ਬਚਣੇ ਤਾਂ ਇਹਨਾਂ ਬੰਦਿਆਂ ਨੂੰ ਪਨੀਰ ਦੀ ਵੀ ਲੋੜ ਪੈਣੀ ਆ ਤਾਂ ਮਨ 'ਚ ਆਇਆ ਕਿ ਸਾਡੇ ਬੰਦੇ ਇੱਥੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਫਿਰ ਮੈਂ ਉੱਥੇ ਜਾ ਕੇ ਫੋਨ ਕੀਤਾ ਵੀ ਝੋਨਾ ਬੰਦ ਕਰ ਦਿਓ ਨਾ ਲਾਓ ਵੀ ਆਪਾਂ ਪਨੀਰੀ ਬੀਜਣੀ ਆ ਅਤੇ ਫਿਰ ਉੱਥੋਂ ਹੀ ਸਤਪਾਲ ਜੀ ਨਾਲ ਗੱਲ ਕੀਤੀ ਪਰਮਿੰਦਰ ਜੀ ਨਾਲ ਕੀਤੀ ਗੱਲ ਕਿ ਇਹਨਾਂ ਨੇ ਨਾ ਇੱਕ ਗਰੁੱਪ ਦੇ ਵਿੱਚ ਮੈਸੇਜ ਪਾਇਆ ਸੀਗਾ ਵੀ ਆਪਾਂ ਪਨੀਰ ਦਾ ਲੰਗਰ ਲਾਉਣਾ ਆ ਤਾਂ ਕਿਸਾਨ ਕਰਨ ਤਾਂ ਮੇਰੇ ਮਨ 'ਚ ਆਈ ਵੀ ਆਪਾਂ ਇਹ ਜ਼ਰੂਰ ਕਰਨਾ ਆ ਤਾਂ ਫਿਰ ਇਹਨਾਂ ਨੇ ਸੀਟ ਦਾ ਪ੍ਰਬੰਧ ਕੀਤਾ ਅਤੇ ਚਲੋ ਅਸੀਂ ਜੋ ਸਾਨੂੰ ਬਾਬੇ ਨਾਨਕ ਨੇ ਧਰਤੀ ਜਿਹੜੀ ਦਿੱਤੀ ਹੋਈ ਆ ਅਤੇ ਕੋਈ ਆਪਣੀ ਨਹੀਂ ਹੈਗੀ ਇਹ ਬਾਬੇ ਨਾਨਕ ਦੀ ਆ ਅਤੇ ਆਪਣੇ ਮਨ 'ਚ ਆ ਕਿ ਆਪਾਂ ਇਹਨਾਂ ਮਤਲਬ ਪਨੀਰੀ ਬੀਜੀਏ ਅਤੇ ਲੋੜਵੰਦਾਂ ਨੂੰ ਦੇਈਏ ਕਿੰਨੇ ਏਕੜ 'ਚ ਬੀਜਦੇ ਹੋ ਇਹ 3 ਏਕੜ ਆ ਜੀ ਲਗਭਗ ਹੋਰ ਕਿਸਾਨਾਂ ਨੂੰ ਵੀ ਕੋਈ ਅਪੀਲ ਕਰਨੀ ਚਾਹੁੰਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਪਿੰਡ ਮੈਂ ਅਪੀਲ ਕੀਤੀ ਆ ਇੱਕ ਸਾਡੇ ਪਿੰਡ ਦੇ ਨਿਰਮਲ ਸਿੰਘ ਸੰਧਾ ਫੈਮਿਲੀ ਆ ਉਹਨਾਂ ਵੀ 5 ਕਣਾ ਅੱਜ ਬੀਜਦਾ ਆ ਤਾਂ ਹੋਰ ਵੀ ਮਿੱਤਰ ਆਪਣੇ ਜਿਨ੍ਹਾਂ ਕੋਲ ਵੀ ਥਾਂ ਥੋੜ੍ਹਾ ਬਹੁਤ ਹੈਗਾ ਆਪਣੀ ਬੀਜੀ ਪਈ ਹੈ ਤਾਂ ਇਹਨਾਂ ਬੀਜਿਆ ਭਾਜੀ ਪੂਰ ਸਿੰਘ ਆ ਇਹਨਾਂ ਕੋਲ ਵੀ ਮਤਲਬ 5-6 ਕਣਾ ਥਾਂ ਹੈਗਾ ਆ ਭਾਜੀ ਆਪਣੇ ਸਰਪੰਚ ਸਾਹਿਬ ਆ ਇਹਨਾਂ ਕੋਲ ਪੱਠਿਆਂ ਵਾਲਾ ਥਾਂ ਆ ਇਹ ਉਹ ਵੀ ਲੈ ਗਏ ਮਤਲਬ ਸਾਰੇ ਬੰਦੇ ਨਾ ਜਿੰਨੇ ਜਿੰਨੇ ਹੋ ਸਕਦਾ ਆ ਅਤੇ ਸਾਡੇ 'ਤੇ ਅਸੀਂ ਝੋਨਾ ਲਗਵਾਉਣਾ ਸੀ ਅਤੇ ਅਸੀਂ ਤਾਂ ਕਰਕੇ ਅਤੇ ਇਹ ਬੰਦੇ ਪੱਠਿਆਂ ਵਾਲਾ ਥਾਂ 'ਚੋਂ ਬੀਜ ਰਹੇ ਆ ਮਤਲਬ ਕਿ ਤੁਸੀਂ ਆਪਣਾ ਝੋਨਾ ਵਾਹ ਕੇ ਪਨੀਰ ਬੀਜੀ ਹਾਂਜੀ 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 ਆ ਝੋਨਾ ਵਾਹ ਤਾਰੀ ਅਸੀਂ ਅਤੇ ਵੈਸੇ ਜੇ ਲੋੜ ਪੈਂਦੀ ਆ ਤਾਂ ਸਾਡੇ ਕੋਲ 3 ਖੇਤ ਹੋਰ ਵੀ ਹੈਗੇ ਆ ਮੈਂ ਉਹ ਵੀ ਬੀਜਣ ਨੂੰ ਤਿਆਰ ਹਾਂ ਉੱਥੇ ਸਾਡਾ ਟ੍ਰਾਂਸਫਰ ਸੜ ਗਿਆ ਸੀ ਅਤੇ ਝੋਨਾ ਲੱਗ ਨਹੀਂ ਸਕਿਆ ਪਤਾ ਨਹੀਂ ਬਾਬੇ ਨਾਨਕ ਨੇ ਬਹਾਨਾ ਬਣਾਇਆ ਅਤੇ ਅਸੀਂ ਉੱਥੇ ਵੀ 3 ਕਿਲੇ ਜੇ ਜਸਪਾਲ ਜੀ ਕਹਿਣਗੇ ਲੋੜ ਆ ਤਾਂ ਆਪਾਂ ਉਹ ਵੀ ਬੀਜਾਂਗੇ ਜੀ ਚਲੋ ਬਹੁਤ ਸਰ ਕੀ ਨਾਮ ਆ ਕਿੱਥੇ ਤੋਂ ਯਾਰ ਪਨੀਰ ਲਵਾ ਰਹੇ ਡਾਕਟਰ ਜਸਪਾਲ ਸਿੰਘ ਹੈਗੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਸੁਲਤਾਨਪੁਰ ਲੋਧੀ ਅਤੇ ਜਿਵੇਂ ਕਿ ਸਾਰੇ ਨੂੰ ਪਤਾ ਸੀਗਾ ਵੀ ਆਪਣੇ ਜਦੋਂ ਦੇ ਹੜ੍ਹ ਆਏ ਹੋਏ ਆ ਅਸੀਂ ਸਾਡੀ ਉੱਥੇ ਡਿਊਟੀ ਵੀ ਲੱਗੀ ਸੀਗੀ ਔਰ ਜਿੱਦਾਂ ਅਸੀਂ ਦੇਖਦੇ ਹਾਂ ਕਿ ਤਕਰੀਬਨ ਸਾਰੇ ਪੰਜਾਬ 'ਚੋਂ ਹੀ ਸੇਵਾਦਾਰ ਆ ਰਹੇ ਨੇ ਸੇਵਾ ਹੋ ਰਹੀ ਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਪੱਠਿਆਂ ਦੀ ਸੇਵਾ ਕਰ ਰਿਹਾ ਕੋਈ ਸਾਇਲੇਜ ਦੇ ਰਿਹਾ ਕੋਈ ਤੂੜੀ ਦੇ ਰਿਹਾ ਹਰ ਤਰ੍ਹਾਂ ਦਾ ਹਰ ਕੋਈ ਆਪਣੇ ਆਪ ਦੇ ਵਿੱਚ ਸੇਵਾ ਦੇ ਨਿਭਾ ਰਿਹਾ ਅਤੇ ਸਾਨੂੰ ਜਿਹੜੀ ਉੱਥੇ ਜ਼ਿਮੀਦਾਰਾਂ ਨਾਲ ਗੱਲ ਕਰਨ 'ਤੇ ਸਾਨੂੰ ਮਹਿਸੂਸ ਹੋਇਆ ਕਿ ਜਿਹੜੀ ਸਭ ਤੋਂ ਜ਼ਿਆਦਾ ਲੋੜ ਜਿਹੜੀ ਪੈਣੀ ਆ ਉਹ ਪਨੀਰੀ ਦੀ ਪੈਣੀ ਆ ਕਿਉਂਕਿ ਬਾਕੀ ਜਿਹੜਾ ਸੇਵਾ ਹੋ ਰਹੀ ਆ ਇਹਦੇ ਵੱਲ ਕਿਉਂਕਿ ਜਦੋਂ ਹੀ ਪਾਣੀ ਹੜ੍ਹਾਂ ਦਾ ਚੱਲ ਜੂਗਾ ਤਾਂ ਖੇਤਾਂ 'ਚ ਦੁਬਾਰਾ ਜਿਹੜੀ ਕਿ ਫਿਰ ਤੋਂ ਫਸਲ ਹੋ ਜਾਵੇ ਇਹਦੇ ਲਈ ਸਭ ਤੋਂ ਜ਼ਰੂਰੀ ਹੋਣੀ ਆ ਪਨੀਰੀ ਅਤੇ ਖਾਲੀ ਪਿਆ ਜਿਹੜਾ ਖੇਤ ਆ ਨਾ ਉਹ ਕਿਸਾਨ ਨੂੰ ਵੱਢ ਖਾਣ ਨੂੰ ਆਉਂਦਾ ਅਤੇ ਜਿੰਨਾ ਜਿੰਨਾ ਖੇਤਾਂ 'ਚੋਂ ਪਾਣੀ ਜਿੱਦਾਂ ਜਿੱਦਾਂ ਨਿਕਲ ਹੀ ਜਾਊਗਾ ਸੋ ਉਸੇ ਤਰ੍ਹਾਂ ਅਸੀਂ ਪਨੀਰ ਇੱਥੇ ਮੁਹੱਈਆ ਕਰਵਾ ਰਹੇ ਹਾਂ ਇਹ ਸਾਡੇ ਕੋਲ ਫਾਰਮਰ ਮੋਠਾਲ ਦੇ ਸੀਗੇ ਦਵਿੰਦਰ ਸਿੰਘ ਜੀ ਇਹਨਾਂ ਸਾਡੇ ਨਾਲ ਜਦੋਂ ਗੱਲ ਹੋਈ ਵੀ ਆਪਣੇ ਕੋਲ 3 ਕਿੱਲੇ ਪਏ ਨੇ ਆਪਾਂ ਉੱਥੇ ਪਨੀਰੀ ਵੇਚਣੀ ਆ ਸੋ ਅਸੀਂ ਕੁਝ ਆਪਦੇ ਵੱਲੋਂ ਕੁਝ ਦਾਨੀ ਸੱਜਣ ਸਾਡੇ ਕੋਲ ਹੋ ਗਏ ਸੀ ਅਸੀਂ ਜਿਹੜਾ ਸੀਡ ਆ ਉਹ ਮੁਹੱਈਆ ਕਰਵਾਇਆ ਇਹਨਾਂ ਨੂੰ ਫ੍ਰੀ ਆਫ ਕੋਸਟ ਅਤੇ ਅਸੀਂ ਜਿਹੜੀ ਪਨੀਰੀ ਆ ਉਹ ਵੀ ਬਿਲਕੁਲ ਫ੍ਰੀ ਆਫ ਕੋਸਟ ਹੀ ਹੜ ਪੀੜਤ ਨੂੰ ਦਿਆਂਗੇ ਹੋਰ ਕਿਸਾਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਬਿਲਕੁਲ ਜੀ ਇੱਥੋਂ ਇਲਾਵਾ ਸਾਡੇ ਕੋਲ ਪਿੰਡ ਠੱਟੇ ਦੇ ਕੁਝ ਨੌਜਵਾਨ ਸੀ ਉਹਨਾਂ ਨੇ ਦਮਦਮਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਬਾਬਾ ਹਰਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ 3 ਕਿੱਲੇ ਔਰ ਸੈਫਲਾਬਾਦ ਦੇ ਵਿੱਚ ਵੀ ਉਹਨਾਂ ਦੇ ਕੁਝ ਸੇਵਾਦਾਰ ਅੱਜ 2 ਕਿੱਲੇ ਦੀ ਪਨੀਰੀ ਬੀਜ ਰਹੇ ਨੇ ਇਸ ਤੋਂ ਬਿਨਾਂ ਥੋੜ੍ਹੇ ਥੋੜ੍ਹੇ ਲੈਵਲ 'ਤੇ ਕੋਈ 5 ਕਨਾਲ ਕੋਈ 6 ਕਨਾਲ ਇਸ ਤਰ੍ਹਾਂ ਕੁੱਲ ਮਿਲਾ ਕੇ ਸਾਡੇ ਕੋਲ ਤਕਰੀਬਨ ਅੱਜ 38 ਕਿੱਲੇ ਦੀ ਪਨੀਰੀ ਜਿਹੜੀ ਆ ਉਹ ਹੋ ਗਈ ਆ ਔਰ PR 126 ਅਤੇ ਬਾਸਮਤੀ ਦੀਆਂ ਵਰਾਇਟੀਆਂ ਨੇ ਜਿਹੜੀਆਂ ਤਕਰੀਬਨ 20 ਜਾਂ 22 ਦਿਨਾਂ ਦੇ ਵਿੱਚ ਅਸੀਂ ਪਨੀਰੀ ਤਿਆਰ ਕਰ ਲਾਂਗੇ ਔਰ ਹਜੇ ਇਹਨਾਂ ਦੀ ਬਿਜਾਈ ਦਾ ਥੋੜ੍ਹਾ ਸਮਾਂ ਹੈ ਕਿਉਂਕਿ 14 ਅਗਸਤ 15 ਅਗਸਤ ਤੱਕ ਅਸੀਂ ਇਹਨਾਂ ਦੀ ਜਿਹੜੀ ਆ ਲਵਾਈ ਕਰ ਸਕਦੇ ਹਾਂ ਇਹ ਕਿੰਨੇ ਕੁ ਏਕੜ 'ਚ ਲੱਗੂਗਾ ਗਾਂ ਝੋਨਾ ਦੇਖੋ ਜੀ ਇਸ ਹਿਸਾਬ ਨਾਲ ਅਸੀਂ ਤਿਆਰੀ ਕੀਤੀ ਆ ਵੀ 1 ਕਿੱਲੇ ਦੇ ਜਿਹੜੀ ਆਪਾਂ 70 ਗੁਣਾ ਇਹਦੇ ਲੱਗ ਸਕਦੀ ਆ ਔਰ 1 ਕਿੱਲਾ ਤਕਰੀਬਨ 250-300 ਕਿੱਲਿਆਂ ਦੇ ਵਿੱਚ ਪਨੀਰੀ ਅਸੀਂ ਮੁਹੱਈਆ ਕਰਾ ਦਾਂਗੇ ਇਸ ਤੋਂ ਬਿਨਾਂ ਅਸੀਂ ਆਸ ਪਾਸ ਵੀ ਬਹੁਤ ਸਾਰੇ ਫਾਰਮਰਾਂ ਨੂੰ ਅਪੀਲ ਕੀਤੀ ਸੀ ਜਿਨ੍ਹਾਂ ਜਿਨ੍ਹਾਂ ਕੋਲ ਪਨੀਰੀ ਹਜੇ ਪਈ ਸੀ ਉਹਨਾਂ ਨੂੰ ਕਿਹਾ ਸੀ ਕਿ ਉਹ ਪਨੀਰੀ ਨਾ ਮਾਉਣ ਅਤੇ ਉਹਨਾਂ ਦੇ ਵੀ ਸਾਡੇ ਕੋਲ ਫੋਨ ਆ ਰਹੇ ਆ ਕਿ ਅਸੀਂ ਅਜੇ ਪਨੀਰੀ ਰੱਖੀ ਹੋਈ ਆ ਜਿਨ੍ਹਾਂ ਦੀ ਬਿਲਕੁਲ ਹੁਣੇ ਖੇਤ ਤਿਆਰ ਹੋ ਗਏ ਆ ਅਸੀਂ ਉਹਨਾਂ ਨਾਲ ਰਾਬਤਾ ਬਣਾ ਕੇ ਉਹਨਾਂ ਨੂੰ ਪਨੀਰੀ ਮੁਹੱਈਆ ਕਰਵਾ ਰਹੇ ਹਾਂ ਜਿੱਦਾਂ ਦਵਿੰਦਰ ਸਿੰਘ ਦੀ ਗੱਲ ਕਰੀਏ ਇਹਨਾਂ ਆਪਣਾ ਝੋਨਾ ਵਾ ਕੇ ਉਪਰਾਲਾ ਕੀਤਾ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵਧੀਆ ਮੈਂ ਤਾਂ ਕਹਿੰਦਾ ਜੀ ਅਸਲ 'ਚ ਸੇਵਾ ਹੀ ਇਹ ਆ ਕਿਉਂਕਿ ਇਹ ਕਹਿੰਦੇ ਸੀ ਵੀ ਅਸੀਂ ਮੇਰੇ ਕੋਲ ਥਾਂ ਹੈ ਅਤੇ ਜੇ ਲੋੜ ਪਊਗੀ ਮੈਂ ਹੋਰ ਵੀ ਝੋਨਾ ਵਾ ਦੂੰਗਾ ਠੀਕ ਆ ਅਤੇ ਆਪਾਂ ਹੋਰ ਵੀ ਕਹਿੰਦਾ ਵੀ ਬਹੁਤ ਉੱਚੀ ਸੇਵਾ ਕਿਉਂਕਿ ਇਹਦੀ ਸਭ ਤੋਂ ਜ਼ਿਆਦਾ ਲੋੜ ਹੋਣੀ ਆ ਸਾਨੂੰ